ਜੀ ਐਨ ਜੀ ਸੂਬੇ ਪੰਜਾਬ ਦੀਆਂ ਵੱਡੀਆਂ ਚੋਣਵੀਆਂ ਖਬਰਾਂ ਦਾ ਸਪੈਸ਼ਲ ਬੁਲੇਟਿਨ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਦੋਸਤੋ ਸ਼ੁਰੂਆਤ ਕਰਦੇ ਹਾਂ ਪੰਜਾਬ ਦੇ ਵਿੱਚ ਗੈਂਗਸਟਰਵਾਦ ਦੇ ਕਾਰਨ ਵੱਧੀ ਪੰਜਾਬ ਪੁਲਿਸ ਦੀ ਚਿੰਤਾ ਕਾਨੂੰਨ ਵੀਵਾਸਥਾ ਤੇ ਉਠਰੇ ਨੇ ਸਵਾਲ ਪੰਜਾਬ ਪੁਲਿਸ ਦੇ ਮੁਤਾਬਕ ਸੂਬੇ ਦੇ ਵਿੱਚ ਘੱਟੋ ਘੱਟ 45 ਗੈਂਗਸਟਰ ਸਰਗਰਮ ਹਨ ਚਿੰਤਾਜਨਕ ਗੱਲ ਇਹ ਹੈ ਕਿ ਭਾਰਤ ਤੇ ਵਿਦੇਸ਼ਾਂ ਦੇ ਵਿੱਚ ਬੈਠੇ ਗੈਂਗਸਟਰ ਟਾਰਗੇਟਿੰਗ ਕਿਲਿੰਗ ਲਈ ਵਿਅਕਤੀਆਂ ਨੂੰ ਭਰਤੀ ਕਰ ਰਹੇ ਹਨ ਇਸ ਤੋਂ ਇਲਾਵਾ ਗੈਂਗਸਟਰਾਂ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਪੁਲਿਸ ਦੀਆਂ ਅਟਕਲਾਂ ਖੜੀਆਂ ਨੇ ਪੁਲਿਸ ਸੂਤਰਾਂ ਮੁਤਾਬਕ ਪੰਜਾਬੀ ਗਾਇਕਾਂ ਤੇ ਫਿਲਮੀ ਕਲਾਕਾਰਾਂ ਨੇ ਇਨ੍ਹਾਂ ਗੈਂਗਸਟਰਾਂ ਨੂੰ 10-10 ਲੱਖ ਪ੍ਰੋਟੈਕਸ਼ਨ ਮਨੀ ਵੀ ਅਦਾ ਕੀਤੀ ਆ ਇਨ੍ਹਾਂ ਕਾਰਨਾਂ ਦੇ ਚੱਲਦਿਆਂ ਪੰਜਾਬ ਪੁਲਿਸ ਨੇ ਬੀਤੇ ਦਿਨੀ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਜੋ ਇਨ੍ਹਾਂ ਗੈਂਗਸਟਰਾਂ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਨਵੇਂ ਸਿਰੇ ਤੋਂ ਜਾਣਕਾਰੀ ਹਾਸਲ ਕਰ ਸਕੇ ਸੂਬੇ ਦੇ ਵਿੱਚ ਚਾ ਕਰੀਬ 545 ਗੈਂਗਸਟਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਵਿੱਕੀ ਗੌਂਦਰ, ਪ੍ਰੇਮਾ ਲਾਹੌਰੀ ਅਤੇ ਜੈਪਾਲ ਪੁੱਲਰ ਵਰਗੇ ਜਾਣੇ ਪਛਾਣੇ ਗੈਂਗਸਟਰਾਂ ਨੂੰ ਖਤਮ ਕਰਦਿਆਂ 500 ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਜਦ ਕਿ 250 ਦੇ ਕਰੀਬ ਅਪਰਾਧੀ ਪੰਜਾਬ ਦੀਆਂ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਬੰਦ ਹਨ ਜਾਂ ਬਾਕੀ ਪੰਜਾਬ ਦੇ ਵਿੱਚੋਂ ਭੱਜ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਦੇ 6ਵੇਂ ਦਿਨ ਆਇਆ ਕੇਜਰੀਵਾਲ ਦਾ ਵੱਡਾ ਬਿਆਨ ਕਿਹਾ ਹਾਲੇ ਪੰਜਾਬ 'ਚ ਨਵੀਂ ਸਰਕਾਰ ਹੈ ਪੰਜਾਬੀ ਸਿੰਗਰ ਸਦੂ ਮੂਸੇਵਾਲਾ ਦੇ ਕਤਲ ਦੇ 6ਵੇਂ ਦਿਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਕੇਜਰੀਵਾਲ ਨੇ ਕਿਹਾ ਇੱਕ ਸਦੂ ਮੂਸੇਵਾਲਾ ਜੀ ਦਾ ਕਤਲ ਬੇहद ਅਫਸੋਸ ਵਾਲੀ ਗੱਲ ਉਹਨਾਂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਕਹਿ ਚੁੱਕੇ ਨੇ ਪੂਰੀ ਕੋਸ਼ਿਸ਼ ਜਾਰੀ ਹੈ ਭਰੋਸਾ ਦਿਤਾਉਂਦੇ ਆ ਕਿ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਵੀ ਸਖਤ ਸਜ਼ਾ ਦਿਵਾਉਣਗੇ ਪੰਜਾਬ ਦੀ ਸਰਕਾਰ ਨਾਵੇਂ ਪਰ ਉਹ ਮਸਲੇ ਨੂੰ ਹੱਲ ਕਰਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਕੇਜਰੀਵਾਲ ਨੇ ਕਿਹਾ ਇਸ ਤੋਂ ਪਹਿਲਾਂ ਪਟਿਆਲਾ ਹਿੰਸਾ ਤੇ ਮੁਹਾਲੀ ਬੰਬ ਧਮਾਕੇ ਦੀ ਘਟਨਾ ਹੋਈ ਹੈ ਜਿਸ ਨੂੰ 24 ਜਾਂ 28 ਘੰਟਿਆਂ ਵਿੱਚ ਹੱਲ ਕਰ ਲਿਆ ਗਿਆ ਸੀ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਰੋਡਵੇਜ਼ ਪਨ ਬੱਸ ਪੀ ਆਰਟੀਸੀ ਦੇ ਕੱਚੇ ਕੰਮ ਹੈ 8 ਜੂਨ ਤੋਂ 3 ਦਿਨਾਂ ਲਈ ਕਰਨਗੇ ਬੱਸਾਂ ਦਾ ਚੱਕਾ ਜਾਮ ਵੱਡੀਆਂ ਨੇ ਮੰਗਾ ਪਰ ਉਸ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ। ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬਰ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਪੰਜਾਬ ਰੋਡਵੇਜ਼ ਪਨਬਾਸ ਪੀ ਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕੱਚੇ ਕਾਮਿਆਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਿੱਚ 6 ਜੂਨ ਨੂੰ ਗੇਟ ਰੈਲੀ ਕਰਨ 8 ਤੋਂ 10 ਜੂਨ ਤੱਕ ਪਨਬਾਸ ਅਤੇ ਪੀ ਆਰਟੀਸੀ ਦਾ ਚੱਕਾ ਜਾਮ ਕਰਨ ਬਾਰੇ 9 ਜੂਨ ਨੂੰ ਮੁੱਖ ਮੰਤਰੀ ਦੀ ਰਹਿਸ਼ ਅੱਗੇ ਸੂਬਾ ਪੱਧਰੀ ਰੋਸ ਤਰਨਾ ਦੇਣ ਦਾ ਐਲਾਨ ਕੀਤਾ ਹੈ ਗਿੱਲ ਅਤੇ ਹੋਰ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿ 1 ਮਈ ਨੂੰ ਟਰਾਂਸਪੋਰਟ ਮੰਤਰੀ ਨਾਲ ਹੋਈ ਮੀਟਿੰਗ ਦੇ ਵਿੱਚ ਮੰਗਾਤੇ ਹੋਈ ਚਰਚਾ ਨੂੰ ਅਧਿਕਾਰੀ ਟਾਲਮਟੋਲ ਕਰ ਰਹੇ ਹਨ ਜਦ ਕਿ ਅਧਿਕਾਰੀਆਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰੰਤੂ ਹੁਣ ਤੱਕ ਕੋਈ ਮੀਟਿੰਗ ਨਹੀਂ ਕਰਵਾਈ ਗਈ ਪੰਜਾਬ ਪਿੰਡੂ ਵਿਕਾਸ ਵਿਭਾਗ ਬੋਲੀ ਨਾ ਹੋਣ ਦੀ ਸੂਰਤ ਵਿੱਚ ਵਾਹੀਯੋਗ ਸ਼ਾਮਲਾੜ ਜ਼ਮੀਨਾਂ ਤੇ ਖੁਦ ਕੀਤੀ ਕਰੇਗਾ ਕੁਲਦੀਪ ਤਾਲੀਵਾਲ ਪਿੰਡੂ ਵਿਕਾਸ ਅਤੇ ਵਿਭਾਗ ਵੱਲੋਂ ਸਲਾਣਾ ਖੁੱਲੀ ਬੋਲੀ ਰਾਹੀਂ ਠੇਕੇ ਤੇ ਚੜਨ ਵਾਲੀਆਂ ਪੰਚਾਇਤੀ ਜ਼ਮੀਨਾਂ ਬਾਰੇ ਅਹਿਮ ਫੈਸਲਾ ਲਿਆ ਗਿਆ ਜਦ ਕਿ ਪਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ ਨਾਲ ਮੀਟਿੰਗ ਦੌਰਾਨ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਤਾਲੀਵਾਲ ਨੇ ਕਿਹਾ ਹੈ ਕਿ ਖੁੱਲੀ ਬੋਲੀ ਰਾਹੀਂ ਠੇਕੇ ਤੇ ਨਾ ਚੜਨ ਵਾਲੀਆਂ ਵਾਹੀਯੋਗ ਸ਼ਾਮਲਾੜ ਜ਼ਮੀਨਾਂ ਤੇ ਪਿੰਡੂ ਵਿਕਾਸ ਵਿਭਾਗ ਦੇ ਵੱਲੋਂ ਖੇਤੀ ਕਰਵਾਈ ਜਾਵੇਗੀ ਉਹਨਾਂ ਨੇ ਕਿਹਾ ਕਿ ਇਹ ਫੈਸਲਾ ਕੁਝ ਲੋਕਾਂ ਵੱਲੋਂ ਜਾਣਬੁੱਝ ਕੇ ਤੈਹ ਰੇਟ ਦੇ ਨਾਲ ਘੱਟ ਰੇਟ ਤੇ ਸ਼ਾਮਲਾੜ ਜ਼ਮੀਨਾਂ ਨੂੰ ਠੇਕੇ ਤੇ ਲੈਣ ਦੀ ਪ੍ਰਕਿਰਿਆ ਨੂੰ ਠੱਲ ਪਾਉਣ ਲਈ ਲਿਆ ਗਿਆ ਹੈ। ਮੰਤਰੀ ਨੇ ਨਿਰਦੇਸ਼ ਦਿੱਤੇ ਨੇ ਕਿ 10 ਦਿਨ ਤੱਕ ਸ਼ਾਮਲਾੜ ਜ਼ਮੀਨਾਂ ਦੀ ਪੂਰੀ ਕਰ ਲਈ ਜਾਵੇ ਕਿ ਜੇ ਹਾਂ ਨਾ ਹੋਣ ਵਾਲੇ ਅਧਿਕਾਰੀਆਂ ਦੇ ਖਿਲਾਫ ਬਾੰਦ ਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਬੂਲੀ ਸਿੱਧੂ ਮੂਸੇਵਾਲਾ ਨੂੰ ਮਰਵਾਉਣ ਦੀ ਗੱਲ ਕਿਹਾ ਹਾਂ ਮੈਂ ਹੀ ਮੂਸੇਵਾਲੇ ਨੂੰ ਮਰਵਾਇਆ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਪੰਜਾਬੀ ਗਾਇਕ ਮੂਸੇਵਾਲਾ ਨੂੰ ਮਰਵਾਉਣ ਦੀ ਗੱਲ ਕਬੂਦੀ ਹੈ ਸੂਤਰਾਂ ਅਨੁਸਾਰ ਬੰਦ ਸ਼ੋਨੋਈ ਨੇ ਦਿੱਲੀ ਪੁਲਿਸ ਨੂੰ ਗਿਆ ਕਿ ਹਾਂ ਮੈਂ ਸਿੱਧੂ ਮੂਸੇਵਾਲੇ ਨੂੰ ਮਰਵਾਇਆ ਟੂਡੇ ਦੀ ਰਿਪੋਰਟ ਦੇ ਮੁਤਾਬਕ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾਡ ਵੱਲੋਂ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈ ਜਾਣ ਕਰਨ 700 ਮੈਂਬਰੀ ਅਪਰਾਧੀਆਂ ਦੇ ਗਰੋਹ ਦਾ ਸਰਗਰਨਾ 30 ਅੱਲਾ ਲਾਰੈਂਸ ਬਿਸ਼ਨੋਈ ਪੁਲਿਸ ਦੇ ਕੇਰੇ ਵਿੱਚ ਆ ਗਿਆ ਦੱਸਦੀ ਹੈ ਗੋਲਡੀ ਬਰਾੜ ਜੋ ਸਮੇਂ ਤਿਹਾਰੜ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਦਾ ਨਜ਼ਦੀਕੀ ਸੰਜੋਗੀ ਹੈ ਨੇ ਪਿਛਲੇ ਸਾਲ ਯੂਥ ਕਾਲੀ ਦਲ ਦੇ ਆਗੂ ਵਿੱਕੀ ਮੱਡੂ ਖੇੜਾ ਦੇ ਕਤਲ ਦਾ ਬਦਲਾ ਲੈਣ ਲਈ ਫੇਸਬੁੱਕ ਰਾਹੀਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ 12 ਫਰਵਰੀ 1993 ਨੂੰ ਜਨਮੇ ਬਿਸ਼ਨੋਈ ਜਿਸ ਨੂੰ ਗਰੂ ਦੇ ਮੈਂਬਰਾਂ ਵੱਲੋਂ ਡਾਣ ਕਿਹਾ ਜਾਂਦਾ ਹੈ ਗ੍ਰੈਜੂਏਟ ਅਤੇ ਬੋਹੋਰ ਦੇ ਨੇੜੇ ਦੇ ਪਿੰਡ ਦਾ ਵਸਨੀਕ ਹੈ ਬਸ਼ਨੋਈ ਦੇ ਪੇਤਾ 1992 ਨੂੰ ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਏ ਸਨ ਪਰ 5 ਸਾਲ ਬਾਅਦ ਉਹ ਨੌਕਰੀ ਛੱਡ ਕੇ ਖੇਤੀ ਕਰਨ ਲੱਗ ਪਏ ਸਨ ਪੰਜਾਬ ਰਾਜ ਸਭਾ ਦੇ ਉਮੀਦਵਾਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਵਿਕਰਮਜੀਤ ਸਿੰਘ ਸਹਾਨੀ ਨੂੰ ਸੌਂਪੇ ਗਏ ਸਰਟੀਫਿਕੇਟ ਉਹਨਾਂ ਨੇ ਰਾਜ ਸਭਾ ਮੈਂਬਰ ਚੁਣੇ ਜਾਣ ਤੇ ਵਧਾਈ ਦਿੱਤੀ ਆਸ ਪ੍ਰਗਟਾਈ ਹੈ ਕਿ ਉਹ ਵੱਡੇ ਸਦਨ ਵਿੱਚ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਨਗੇ ਸਦੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੱਡੀਆਂ ਬੁਲਟ ਪ੍ਰੂਫ ਕਰਵਾਉਣ ਦਾ ਰੁਝਾਨ ਵਧਿਆ ਜਲੰਧਰ ਪਹੁੰਚੀ ਹੈ 142 ਗੱਡੀਆਂ ਸਦੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਤੋਂ ਲੈ ਕੇ ਪੋਜਪੁਰੀ ਫਿਲਮ ਇੰਡਸਟਰੀ ਤੱਕ ਦੇ ਕਲਾਕਾਰਾਂ ਵਿੱਚ ਦਹਿਸ਼ਤ ਦਾ ਮਾਹੌਲ ਇਸ ਕਾਰਨ ਹੈ ਕਿ ਪੰਜਾਬ ਦੇ ਗੈਂਗਸਟਰਾਂ ਨੇ ਹੁਣ ਪੰਜਾਬ ਉੱਤਰ ਪ੍ਰਦੇਸ਼ ਬਿਹਾਰ ਰਾਜਸਥਾਨ ਤੋਂ ਲੈ ਕੇ ਹਰਿਆਣਾ ਤੇ ਦਿੱਲੀ ਤੱਕ ਆਪਣਾ ਜਾਲ ਵਿਛਾਲਿਆ ਜੀ ਮੂਸੇਵਾਲੇ ਦੇ ਕਤਲ ਤੋਂ ਬਾਅਦ 4 ਦਿਨਾਂ ਵਿੱਚ 182 ਲੋਕਾਂ ਨੇ ਆਪਣੇ ਵਾਹਨ ਬੁਲਟ ਪ੍ਰੂਫ ਕਰਵਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਜ਼ਿਆਦਾਤਰ ਕਲਾਕਾਰ ਤੇ ਆਗੂ ਸ਼ਾਮਲ ਹਨ ਇਸ ਲਈ ਉਹਨਾਂ ਨੇ ਜਲੰਧਰ ਸਥਿਤ ਕੰਪਨੀ ਲਗਰ ਇੰਡਸਟਰੀਜ਼ ਦੇ ਨਾਲ ਸੰਪਰਕ ਕੀਤਾ ਹੈ ਮੂਸੇਵਾਲਾ ਦੀ ਸਿਰਫ ਇੱਕ ਸ਼ਰਤ ਸੀ ਕਿ ਕੇ 47 ਦੀਆਂ ਵੀ ਗੋਲੀਆਂ ਅੰਦਰ ਨਹੀਂ ਜਾਣੀਆਂ ਚਾਹੀਦੀਆਂ ਕਾਰ ਦੀਆਂ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਪੈਟਰੋਲ ਦੀ ਟੈਂਕੀ ਬੁਲਟ ਪ੍ਰੂਫ ਕਰਵਾਈ ਸੀ ਦੂਜੇ ਪਾਸੇ ਇੰਡਸਟਰੀ ਦੇ ਸੰਚਿਤ ਤੋਂ ਸੋਪਤੀ ਨੇ ਦੱਸਿਆ ਕਿ ਸੁਰੱਖਿਆ ਤੇ ਕਾਨੂੰਨੀ ਕਾਰਨਾ ਕਰਕੇ ਆਪਣੇ ਵਾਹਨਾਂ ਨੂੰ ਬੁਲਟ ਪ੍ਰੂਫ ਕਰਵਾਉਣ ਲਈ ਸੰਪਰਕ ਕਰਨ ਵਾਲੇ ਲੋਕਾਂ ਦੇ ਵੇਰਵੇ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ। ਮੋਗਾ ਦੇ ਕੰਪਨੀ ਕਸਬਾ ਬਦਨੀ ਕਲਾਂ ਚੋਂ ਦਿਨ ਦਿਹਾੜੇ ਨੌਜਵਾਨ ਦਾ ਤੇਜ਼ ਤਾਰ ਹਥਿਆਰਾਂ ਨਾਲ ਵੱਢਿਆ ਗਿਆ ਗਲਬ ਪੰਜਾਬ ਦੇ ਵਿੱਚ ਆਏ ਦਿਨ ਹੋਰੇ ਕਾਤਲਨਾ ਹਮਲਿਆਂ ਨੇ अनेका ਲੋਕਾਂ ਦੀਆਂ ਕੀਮਤੀ ਜਾਨਾਂ ਲਈਆਂ ਨੇ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਫੇਲ ਹੈ ਇਸ ਤੋਂ ਬਾਅਦ ਇੱਕ ਜਿਹੀ ਘਟਨਾ ਰੋਜ਼ਾਨਾ ਸਾਹਮਣੇ ਆ ਰਹੀ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕ ਬੇਖੌਫ ਹੋ ਕੇ ਕਾਤਲਨਾ ਹਮਲਾ ਕਰ ਰਹੇ ਨੇ ਮਿਸਾਲ ਉਸ ਵਕਤ ਦੇਖਣ ਨੂੰ ਮਿਲੀ ਜਦੋਂ ਦਿਨ ਦਿਹਾੜੇ ਮੋਗਾ ਦੇ ਜ਼ਿਲ੍ਹੇ ਦੇ ਕਸਬਾ ਬਦਨੀਕਲਾ ਚ ਇੱਕ ਨੌਜਵਾਨ ਦੇਸ਼ ਰਾਜ ਦੀਆਂ ਪਛਾਤੇ ਵਿਅਕਤੀਆਂ ਵੱਲੋਂ ਪਰੇ ਬਾਜ਼ਾਰ ਕਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ ਸੀਐਮ ਭਗਵੰਤ ਮਾਨ ਨੇ ਪਰਿਵਾਰ ਨੂੰ ਦਿੱਤਾ ਪ੍ਰੋਸਸਾ ਸਿੱਧੂ ਮੂਸੇਵਾਲਾ ਦੇ ਨਾਂ ਤੇ ਬਣੇਗਾ ਕੈਂਸਰ ਹਸਪਤਾਲ ਅਤੇ ਖੇਡ ਸਟੇਡੀਅਮ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੂਸੇਵਾਲੇ ਦਾ ਨਾਮ ਰਹੀਂਦੀ ਦੁਨੀਆ ਦਾ ਕਮਰ ਰਹਿ ਗਿਆ ਇਸ ਲਈ ਕੈਂਸਰ ਹਸਪਤਾਲ ਤੇ ਸਪੋਰਟਸ ਸਟੇਡੀਅਮ ਉਹਨਾਂ ਦੇ ਨਾਂ ਤੇ ਬਣੇਗਾ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਮਰੇ ਛੋਟੇ ਭਰਾ ਵਸੀ ਤੇ ਮੈਂ ਪਰਿਵਾਰ ਦੇ ਨਾਲਾ ਜਦੋਂ ਵੀ ਪਰਿਵਾਰ ਨੂੰ ਲੋੜ ਪਈ ਮੈਂ ਪਰਿਵਾਰ ਦੇ ਨਾਲ ਖੜਾਂਗਾ ਉਹਨਾਂ ਨੇ ਕਿਹਾ ਜੀ ਦੋਛੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਜੇ ਮੇਰੇ ਪੁੱਤ ਦੇ ਕਤਲ ਦੀ ਸਹੀ ਜਾਂਚ ਹੁੰਦੀ ਤਾਂ ਅੱਜ ਸਿੱਧੂ ਮੂਸੇਵਾਲ ਜਿੰਦਾ ਹੁੰਦਾ ਇੱਕ ਪੇਤਾ ਦੀ ਘਾਰ ਸੁਫਰੀਦਕੋਟ ਵਿਖੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਪਲਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦੀ ਜ਼ਿੰਮੇਵਾਰੀ ਗੈਂਗਸਟਰ ਬਿਸ਼ਨੋਈ ਗੈਂਗ ਦੇ ਕਨੇਡਾ ਬੈਠੇ ਗੋਲਡੀ ਬਰਾੜ ਨੇ ਲਈ ਸੀ ਹੁਣ 4 ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਜਿਸ ਤੋਂ ਬਾਅਦ ਗੁਰਲਾਲ ਦੇ ਪਤਿਸਕ ਚੰਦ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਉਹਨਾਂ ਦੇ ਪੁੱਤਰ ਦੀ ਮੌਤ ਮੌਕੇ ਸਹੀ ਜਾਂਚ ਹੋ ਜਾਂਦੀ ਅਸਲੀ ਕਤਲ ਫੜੇ ਜਾਂਦੇ ਤਾਂ ਅਜ ਮੂਸੇਵਾਲੇ ਦਾ ਕਤਲ ਨਾ ਹੁੰਦਾ ਮੂਸੇਵਾਲੇ ਦੇ ਸੁਰੱਖਿਆ ਮੁਲਾਜ਼ਮਾਂ ਦਾ ਖਲਾਸਾ ਦੱਸਿਆ ਕੜਨਾਵਾਲੇ ਦਿਨ ਕਿਉਂ ਬਿਨਾ ਸਿਕਿਉਰਿਟੀ ਤੇ ਗਿਆ ਸਿੱਧੂ ਸਿੱਧੂ ਮੂਸੇਵਾਲਾ ਦੇ ਸੁਰੱਖਿਆ ਚੁੱਤਨਾਇਤ ਦੋ ਪੁਲਿਸ ਮੁਲਾਜ਼ਮਾ ਬਲਜਿੰਦਰ ਸਿੰਘ ਤੇ ਵਿਪਨ ਕੁਮਾਰ ਨੇ ਕੜਨਾਵਾਲੇ ਦਿਨ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ ਦੋਵਾਂ ਮੁਲਾਜ਼ਮਾ ਨੇ ਦੱਸਿਆ ਕਿ ਕਤਲ ਵਾਲੇ ਦਿਨ ਉਹ ਦੋਵੇਂ ਘਰ ਵਿੱਚ ਹੀ ਸਨ ਪਰ ਸਿੱਧੂ ਇਹ ਕਹਿ ਕੇ ਉਹਨਾਂ ਨੂੰ ਲਜਾਂਨ ਤੋਂ ਮਾਣਾ ਕਰਦਾ ਕਿ ਉਹ ਪੰਜ ਮਿੰਟ ਦੇ ਵਿੱਚ ਪਿੰਡ ਦੇ ਬੱਸ ਸਟੈਂਡ ਤੋਂ ਗੋਲ ਗੱਪੇ ਖਾ ਕੇ ਵਾਪਸ ਆ ਜੇਗਾ ਬਾਅਦ ਵਿੱਚ ਸਟੈਂਡ ਤੋਂ ਸਿੱਧੂ ਗੱਦੇ ਹੋਰ ਚਲਾ ਗਿਆ ਰਸਤੇ ਵਿੱਚ ਉਸ ਤੇ ਹਮਲਾ ਹੋ ਗਿਆ ਸੁਰੱਖਿਆ ਮੁਲਾਜ਼ਮਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਪਹਿਲੀ ਵਾਰ ਇਕੱਲਾ ਨਹੀਂ ਗਿਆ ਸੋ ਪਹਿਲਾਂ ਵੀ ਉਹ ਕਈ ਵਾਰ ਆਲੇ ਦੁਆਲੇ ਬਿਨਾਂ ਸੁਰੱਖਿਆ ਤੋਂ ਇਕੱਲਾ ਹੀ ਚੱਲੇ ਜਾਂਦਾ ਉਸ ਦੇ ਪਿਤਾ ਉਸ ਨੂੰ ਕਹਿੰਦੇ ਵੀ ਨਹੀਂ ਕਿ ਸੁਰੱਖਿਆ ਮੁਲਾਜ਼ਮਾਂ ਨੂੰ ਆਪਣੇ ਨਾਲ ਰੱਖੇ ਪਰ ਉਹ ਕਹਿ ਕੇ ਇਹ ਕਹਿ ਕੇ ਟਾਲ ਦਿੰਦਾ ਕਿ ਇੰਜ ਕੁਝ ਨਹੀਂ ਹੁੰਦਾ ਬਾਪੂ ਸੁਰੱਖਿਆ ਮੁਲਾਜ਼ਮਾਂ ਨੇ ਦੱਸਣਾ ਹੈ ਕਿ ਐਤਵਾਰ ਨੂੰ ਜਦੋਂ ਸਿੱਧੂ ਮੂਸੇਵਾਲਾ ਇਕ ਕੱਲਾ ਗਿਆ ਤਾਂ ਉਸਦੇ ਪਿਤਾ ਨੂੰ ਜਾਣਕਾਰੀ ਦਿੱਤੀ ਉਹਨਾਂ ਨੇ ਕਹਿਣ ਤੇ ਬੁਲਟਪਰੂਫ ਗੱਡੀ ਤੋਂ ਪਿੱਛੇ ਜਾਣਾ ਚਾਹ ਪਰ ਉਹ ਪੈਂਚਰ ਸੀ ਜਿਸ ਤੋਂ ਬਾਅਦ ਦੂਜੀ ਗੱਡੀ ਨਿਕਲੇ ਪਰ ਉਦੋਂ ਤੱਕ ਵਾਰਦਾਤ ਹੋ ਚੁੱਕੀ ਸੀ ਅਮਰਤਸਰ ਦੇ ਕੇਂਦਰੀ ਜੇਲ੍ਹ ਚੋਂ ਮਿਲੇ ਅੱਧਾ ਦਰਜਨ ਤੋਂ ਵੱਧ ਮੋਬਾਈਲ ਸੋ ਜੇਲ੍ਹ ਦੇ ਵਿੱਚੋਂ ਮੋਬਾਈਲ ਫੋਨ ਮਿਲਣ ਦੀਆਂ ਖਬਰਾਂ ਤੇ ਵਿਰਾਮ ਨਹੀਂ ਲੱਗ ਰਿਹਾ ਇਹ ਦਿਨ ਵਕ ਵਕ ਜ਼ਿਲਾਂ ਵਿੱਚੋਂ ਸਮੇਂ ਸਮੇਂ ਤੇ ਮੋਬਾਈਲ ਫੋਨ ਬਰਾਮਦ ਹੋਣ ਦੇ ਅਜਿਹੇ ਮਾਮਲਾ ਅਮਰਤਸਰ ਤੋਂ ਸਾਹਮਣੇ ਆਇਆ ਜਿੱਥੇ ਕੇਂਦਰੀ ਜੇਲ੍ਹ ਦੇ ਵਿੱਚੋਂ ਬੀਤੇ ਦਿਨੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ ਤੇ ਸ਼ਾਪੇਮਾਰੀ ਕੀਤੀ ਕੈਦੀਆਂ ਦੇ ਕੋਲੋਂ 7 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਸਲਾਮਾਬਾਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਦੂ ਮੂਸੇਵਾਲਾ ਦੇ ਸ਼ੱਕੀ ਕਾਤਲਾਂ ਦੀ ਤਸਵੀਰਾਂ ਆਈਆਂ ਸਾਹਮਣੇ ਸੋ ਪੰਜਾਬੀ ਗਾਇਕ ਸਦੂ ਮੂਸੇਵਾਲਾ ਦੇ ਕਾਤਲਾਂ ਦੀ ਇੱਕ ਤਸਵੀਰ ਸਾਹਮਣੇ ਆਈ ਹੈ। ਤਸਵੀਰ ਇੱਕ ਪੈਟਰੋਲ ਪੰਪ ਤੋਂ ਤੇਲ ਪਵਾਉਂਦਿਆਂ ਦੀ ਹੈ। ਹਰਿਆਣਾ ਦੇ ਫਤਿਹਪੁਰਬਾਦ ਦੇ ਪਿੰਡ ਬਿਸਲਾ ਦੇ ਪੈਟਰੋਲ ਪੰਪ ਦੀਆਂ ਤਸਵੀਰਾਂ ਹਨ ਸੀਸੀਟੀਵੀ ਫੋਟੋਜ਼ ਤੇ ਵੀਡੀਓ ਵਿੱਚ ਬਲੈਰੋ ਗੱਡੀ 'ਚ ਉਤਰਦੇ ਦੋ ਸ਼ੱਕੀ ਨੌਜਵਾਨ ਨਜ਼ਰ ਆ ਰਹੇ ਨੇ ਕੋਸਦਿਰ ਆਪਸੀ ਗੱਲਬਾਤ ਕਰਦੇ ਦਿਖਾਈ ਦੇ ਰਹੇ ਨੇ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਦੇ ਉੱਤੇ ਜਾਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਆਇਆ ਸਾਹਮਣੇ ਸੋ ਜ਼ਿਲ੍ਹਾ ਬਰਨਾਲਾ ਦੇ ਕਸਬਾ ਹੰਡਿਆ ਵਿਖੇ ਸੁਪਰ ਸਟੈਂਡਰਡ ਕੰਬਾਈਨ ਦੇ ਮਾਲਕ ਬੂਟਾ ਸਿੰਘ ਤੇ ਭਰੀ ਸਿੰਘ ਬਲਦੇਵ ਸਿੰਘ ਭਰੀ ਦੇ ਘਰ ਵਿਖੇ ਛੜੀ ਅਕਾਲ ਤਖਤ ਸਾਹਿਬ ਦੇ ਜਤੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਪੂਜੇ ਕੇਂਦਰ ਵੱਲੋਂ ਜੈਡ ਸਿਕਿਉਰਿਟੀ ਦੇਣ ਦੇ ਫੈਸਲੇ ਨੇ ਕਿਹਾ ਕਿ ਉਹ ਅਧਿਕਾਰਤ ਤੌਰ ਤੇ ਪੱਤਰ ਮਿਲਣ ਉਪਰੰਤ ਵਿਚਾਰ ਕੀਤਾ ਜਾਵੇਗਾ। ਸਿੱਧੂ ਮੂਸੇਵਾਲਾ ਮਰਡਰ ਕੇਸ ਦੇ ਵਿੱਚ ਜਲਦੀ ਹੋ ਸਕਦੇ ਨੇ ਨਵੇਂ ਖੁਲਾਸੇ ਪਿੰਡ ਦੇ ਹੀ ਤਿੰਨ ਸ਼ੱਕੀ ਵਿਅਕਤੀਆਂ ਦਾ ਹੱਥ। ਅਮਲਾਵਾਰਾਂ ਦੀ ਅੰਨੇਵਾ ਗੋਲੀਬਾਰੀ ਦਾ ਸ਼ਿਕਾਰ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਮੌਤ ਦੇ ਮਾਮਲੇ ਵਿੱਚ ਜਲਦੀ ਹੀ ਨਵਾਂ ਖੁਲਾਸਾ ਹੋ ਸਕਦਾ ਹੈ। ਐਸਆਈਟੀ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਮੂਸੇਵਾਲਾ ਕਤਲकांड ਚ ਮੂਸੇਪਿੰਡ ਦੇ ਤਿੰਨ ਲੋਕਾਂ ਦਾ ਹੱਥ ਹੋ ਸਕਦਾ ਹੈ ਜਦ ਦੇ ਨਾਲ ਹੀ 47 ਫੋਨ ਨੰਬਰਾਂ ਰਾਹੀਂ ਕਾਤਲਾ ਤੱਕ ਪਹੁੰਚ ਕੀ 47 ਫੋਨ ਨੰਬਰਾਂ ਰਾਹੀਂ ਕਾਤਲਾ ਤੱਕ ਪਹੁੰਚ ਗਏ ਨੇ ਦੱਸਿਆ ਜਾ ਰਿਹਾ ਕਿ ਫਿਰੋਜ਼ਪੁਰ ਅਤੇ ਬਠਿੰਡਾ ਜੇਲ੍ਹ ਦੇ 8 ਫੋਨ ਕਾਲਾਂ ਦਾ ਕਨੈਕਸ਼ਨ ਸਾਹਮਣੇ ਆ ਰਿਹਾ ਪੁਲਿਸ ਦਾ ਕਹਿਣਾ ਕਿ ਤਿੰਨ ਸ਼ੱਕੀਆਂ ਤੋਂ ਪੁੱਛਗਛ ਕੀਤੀ ਜਾ ਰਹੀ ਹੈ ਦੱਸਦੀ ਹੈ ਕਤਲਕਾਂਡ ਨੂੰ ਸੁਲਝਾਉਣ ਲਈ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਜੀ ਕਤਲ ਦੀਆਂ ਤਰ੍ਹਾਂ ਤਾਰਾਂ ਹਰਿਆਣਾ ਦੇ ਨਾਲ ਵੀ ਜੋੜ ਰਹੀਆਂ ਨੇ ਤਦੂ ਮੂਸੇਵਾਲਾ ਵੱਲੋਂ ਨੂੰ ਲੈ ਕੇ ਮਨਕੀਰਤ ਔਲਖ ਨੇ ਸਾਂਝੀ ਕੀਤੀ ਪੋਸਟ ਐਵੇਂ ਤਾਂ ਨਹੀਂ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਦਣੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਗੈਂਗਸਟਰਾਂ ਦੇ ਨਿਸ਼ਾਨੇ ਤੇ ਨੇ ਸੋਸ਼ਲ ਮੀਡੀਆ ਤੇ ਗੈਂਗਸਟਰਾਂ ਵੱਲੋਂ ਪੋਸਟਾਂ ਪਾ ਕੇ ਗੱਲ ਆਖੀ ਜਾ ਰਹੀ ਕਿ ਸਿੱਧੂ ਦੇ ਕਤਲ 'ਚ ਮਨਕੀਰਤ ਔਲਖ ਦਾ ਹੱਥ ਹੋਤੇ ਮਨਕੀਰਤ ਔਲਖ ਵੱਲੋਂ ਲਗਾਤਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਸਿੱਧੂ ਲਈ ਪੋਸਟਾਂ ਪਾਈਆਂ ਜਾ ਰਹੀਆਂ ਨੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੀਡੀਆ ਵੱਲੋਂ ਵਾਰ-ਵਾਰ ਸਿੱਧੂ ਦਾ ਨਾਂ ਉਛਾਲੇ ਜਾਂਦੇ ਚੱਲਦੇ ਆ ਉਸ ਨੂੰ ਆਪਣੀ ਜਾਨ ਗਵਾਣੀ ਪਈਆ ਹੁਣ ਉਸ ਦਾ ਨਾਂ ਉਛਾਲਿਆ ਜਾ ਰਿਹਾ ਮਨਕੀਰਤ ਨੇ ਕਿਹਾ ਕਿ ਜੇਕਰ ਉਸ ਨੂੰ ਮਾਰ ਕੇ ਕਿਸੇ ਦਾ ਰਾਂਝਾ ਰਾਜੀ ਹੁੰਦਾ ਤਾਂ ਉਹ ਕਰ ਲੈਣ ਹੁਣ ਸਿੱਧੂ ਮੂਸੇਵਾਲਾ ਦੇ ਕਤਲ ਦੇ ਇਨਸਾਫ ਤੇ ਗੁਫਾਰ ਲਾਉਂਦੇ ਆ ਮਨਕੀਰਤ ਨੇ ਇੱਕ ਹੋਰ ਪੋਸਟ ਪਾਈ ਹੈ ਸਿੱਧੂ ਮੂਸੇਵਾਲਾ ਕੋਲੇ 31 ਕਰੋੜ ਦੀ ਜਾਇਦਾਦ ਕੰਸਲਟੈਂਟਲੀ ਲੈਂਦਾ ਸੀ 20 ਲੱਖ ਰੁਪਈਆ ਸੋ ਇਹ ਵੀ ਵੱਡੀ ਖਬਰ ਹੈ ਇੱਕ ਕੰਸਲਟੈਂਟਲੀ ਲੈਂਦੇ ਸਨ ਵੀ ਲੱਖ ਰੁਪਏ ਦਾ ਚਾਰਜ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਸੀ ਉਹ ਬ੍ਰਾਂਡ ਪ੍ਰੋਮੋਸ਼ਨ ਵੀ ਕਰਦੇ ਸੀ ਪਰ ਪਿਛਲੇ ਕਈ ਸਾਲਾਂ ਤੋਂ ਉਹਨਾਂ ਦੀ ਜਾਇਦਾਦ ਹਰ ਸਾਲ ਵਧ ਰਹੀ ਉਹ ਲਗਜ਼ਰੀ ਜੀਵਨ ਸ਼ੈਲੀ ਬទਿਤ ਕਰਦੇ ਸਨ ਇੱਕ ਮਹਿੰਗੇ ਕਾਰ ਦੇ ਵਿੱਚ ਤੇ ਮਾਲਕ ਸੰਨ ਕਾਰ ਵਿੱਚ ਪੰਜ ਬੈੱਡਰੂਮ ਸਵੀਮਿੰਗ ਪੂਲ ਅਤੇ ਇੱਕ ਜਿਮ ਵੀ ਹੈ ਮੂਸੇ ਵਾਲਾ ਕੋਲੇ ਲਗਜ਼ਰੀ ਕਾਰਾਂ ਦਾ ਪੰਡਾਰਾ ਹੈ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਨਵਾਂ ਖੁਲਾਸਾ ਪੀਤਾਲ ਨੂੰ ਫੋਨ ਤੇ ਧਮਕੀ ਦੇਣ ਵਾਲੀ ਕਾਲ ਰਿਕਾਰਡਿੰਗ ਆਈ ਸਾਹਮਣੇ ਪੰਜਾਬ ਪੁਲਿਸ ਦੀਆਂ ਟੀਮਾਂ ਟੀਮ ਦੋਵਾਂ ਨੂੰ ਮੋਗਾ ਤੋਂ ਲੈ ਕੇ ਆਈ ਆ ਸੋ ਦੋ ਹੋਰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੇ ਹਰਿਆਣਾ ਦੇ ਫੋਤੇ ਬਾਦ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੂੰ ਇੱਕ ਫੋਨ ਕਾਲ ਰਿਕਾਰਡ ਮਿਲਿਆ ਜਿਸ ਵਿੱਚ ਗੈਂਗਸਟਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਸਿੱਧੂ ਨੂੰ ਸਮਝਾਉਣ ਲਈ ਕਹਿੰਦਾ ਸੁਣਿਆ ਜਾਂਦਾ ਉਹ ਲਾਈਵ ਹੋ ਕੇ ਗਾਲਾਂ ਕੱਢਦਾ ਹੈ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਨਿਤ ਨਵੇਂ ਖੁਲਾਸੇ ਹੋ ਰਹੇ ਨੇ ਸੰਗਰੂਰ ਜਮਨੀ ਚੋਣਾਂ ਨੂੰ ਲੈ ਕੇ ਆਪ ਦੇ ਉਮੀਦਵਾਰ ਬਾਰੇ ਨੌ ਗੱਲਾਂ ਉਸ ਸੰਗਰੂਰ ਤੋਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸੰਸਦ ਮੈਂਬਰ ਹਨ ਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕ ਸਭਾ ਸੀਟ ਖਾਲੀ ਹੋ ਗਈ ਸੀ ਅਟਕਲਾ ਲਾਈਆਂ ਜਾ ਰਹੀਆਂ ਸੀ ਕਿ ਭਗਵੰਤ ਮਾਨ ਦੇ ਪਹਿਨ ਮਾਨਪ੍ਰੀਤ ਕੋਨ ਚੌਰ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਹਲਕੇ ਵਿੱਚ ਉਹਨਾਂ ਦੇ ਪੋਸਟਰ ਵੀ ਲੱਗੇ ਸਨ ਪਰ ਫਿਲਹਾਲ ਆਮ ਆਦਮੀ ਪਾਰਟੀ ਨੇ ਕਰਮੇਲ ਸਿੰਘ ਨੂੰ ਉਮੀਦਵਾਰ ਉਲਾਨ ਦਿੱਤਾ ਉਸਨੇ 2013 ਦੇ ਵਿੱਚ ਪਾਰਟੀ ਜੁਆਇਨ ਕੀਤੀ ਸੀ 2014 ਚ ਲੋਕ ਸਭਾ ਵਿੱਚ ਭਗਵੰਤ ਮਾਨ ਲਈ ਪ੍ਰਚਾਰ ਕੀਤਾ ਸੀ ਤੇ ਗਰਮੇਲ ਸਿੰਘ ਕਰਾਚੋ ਦੀ ਉਮਰ 36 ਸਾਲ ਹੈ ਸਰਕਾਰੀ ਕਾਲਜ ਰਣਵੀਰ ਕਾਲਜ ਸੰਗਰੂਰ ਤੋਂ ਪੜ੍ਹਿਆ ਕੀਤੀ ਹੈ ਗਰਮੇਲ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਦੀ ਮੌਜੂਦਗੀ ਵਿੱਚ ਉਹਨਾਂ ਦੀ ਕੋਠੀ ਵਿੱਚ ਹਾਜ਼ਰ ਵਾਲੇ ਰਹਿਣ ਵਾਲੇ ਵਿਅਕਤੀਆਂ ਦੇ ਵਿੱਚੋਂ ਇੱਕ ਆ ਤੇ ਮੁੱਖ ਮੰਤਰੀ ਦੇ ਤੂਰੀ ਵਾਲੇ ਦਫ਼ਤਰ ਵਿੱਚ ਗਰਮੇਲ ਗਈ ਹੁੰਦਾ ਹੈ 2018 ਵਿੱਚ ਕਾਂਗਰਸ ਦੇ ਰਾਜ ਆਮ ਆਦਮੀ ਪਾਰਟੀ ਡਿਟੈਕਟ ਤੇ ਕਰਾਚੋ ਤੋਂ ਪਿੰਡ ਦੀ ਸਰਪੰਚੀ ਦਿੱਤੀ ਸੀ ਪਿੰਡ ਦੀ ਸਰਪੰਚੀ ਦੌਰਾਨ ਉਹਨਾਂ ਨੂੰ ਮੁਤਲੀ ਦਾ ਵੀ ਸਾਹਮਣਾ ਕਰਨਾ ਪਿਆ ਸੀ ਸਦੂ ਮੂਸੇਵਾਲਾ ਕਤਲ ਦੀ ਜਾਂਚ ਸੀਬੀਆਈ ਨੂੰ ਸੌਂਪਨ ਲਈ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ ਭਾਜਪਾ ਗੋ ਜਗਜੀਤ ਸਿੰਘ ਨੇ ਪਟੀਸ਼ਨ ਚੁੱਕਿਆ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲਈ ਬਾਅਦ ਵਿੱਚ ਇਸ ਦੀ ਜਾਣਕਾਰੀ ਜਨਤਾ ਕਰ ਦਿੱਤੀ ਇਸ ਲਈ ਜਾਂਚ ਸੂਬਾ ਪੁਲਿਸ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਗੈਂਗਸਟਰ 골ਡੀ ਬਰਾੜ ਦੇ ਨਾਂ ਤੇ ਦਿਹਾੜੀਦਾਰ ਨੂੰ ਆਇਆ ਫੋਨ ਫਰੋਤੀਵਲ ਜੋ ਮੰਗੇ 5 ਲੱਖ ਰੁਪਏ ਸੋ ਵੱਡੀ ਖਬਰ ਆ ਪੰਜਾਬੀ ਗਾ ਇੱਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਵਿੱਚ ਕਨੇਡਾ ਬੈਠੇ 골ਡੀ ਬਰਾੜ ਨੇ ਜ਼ਿੰਮੇਵਾਰੀ ਲਈਆ 골ਡੀ ਬਰਾੜ ਨੇ ਨਾਂ ਤੇ ਪੈਸੇ ਮੰਗਣ ਦੀ ਸਾਜ਼ਿਸ਼ ਦਾ ਮਾਮਲਾ ਸਾਹਮਣੇ ਆਇਆ ਪਿੰਡ ਮੋੜ ਚੜਤ ਦੇ ਮਜ਼ਦੂਰ ਚਮਕੌਰ ਨੂੰ ਫੋਨ ਆਇਆ ਫੋਨ ਵਿੱਚ ਚਮਕੌਰ ਤੋਂ 5 ਲੱਖ ਦੀ ਫਰੋਤੀ ਮੰਗੀ ਗਿਆ ਫੋਨ ਕੱਟਣ ਵਾਲੇ ਨੇ ਕਿਹਾ ਕਿ ਪੈਸੇ ਮੰਗਣ ਵਾਲੇ ਸ਼ਖਸ ਨੇ ਕਿਹਾ ਜੇ ਉਹ ਪੈਸੇ ਨਹੀਂ ਦੇਵੇਗਾ ਤਾਂ ਉਸ ਦਾ ਫੂਨ 골ਡੀ ਬ੍ਰਾਡ ਨੂੰ ਦੇ ਕੇ ਕਤਲ ਕਰਵਾ ਦੇਵੇਗਾ ਜਾਖੜ ਤੋਂ ਬਾਅਦ ਕਾਂਗਰਸ ਦੇ ਦੋ ਹੋਰ ਆਗੂ ਪਾਜਪਾ ਤੋਂ ਜਾਣ ਦੀ ਤਿਆਰੀ ਵਿੱਚ ਜਲਦੀ ਹੋ ਸਕਦਾ ਵੱਡਾ ਐਲਾਨ ਪੰਜਾਬ ਕਾਂਗਰਸ ਦੇ ਦੋ ਸੀਨੀਅਰ ਨੇਤਾ ਜਲਦੀ ਪਾਜਪਾ ਵਿੱਚ ਜਾਣ ਦਾ ਐਲਾਨ ਕਰ ਸਕਦੇ ਨੇ ਜੇਕਰ ਅਜੇ ਹਾਂ ਹੁੰਦਾ ਤਾਂ ਪੰਜਾਬ ਵਿੱਚ ਸੁਨੀਲ ਜਾਖੜ ਤੋਂ ਬਾਅਦ ਇਹ ਦੂਜਾ ਵੱਡਾ ਝਟਕਾ ਹੋਵੇਗਾ ਫਿਰ ਹਾਲ ਦੋਵਾਂ ਨੇਤਾਵਾਂ ਨੇ ਚੁੱਪ ਸਾਦੀ ਹੋਈ ਆ ਤੇ ਇਸ ਬਾਰੇ ਕੋਈ ਵੀ ਸਪਸ਼ਟ ਨਹੀਂ ਕਰ ਰਿਹਾ ਇਹਨਾਂ ਦੋਵਾਂ ਨੇਤਾਵਾਂ ਦੀ ਰਾਸ਼ਟਰੀ ਭਾਜਪਾ ਦੇ ਨੇਤਾਵਾਂ ਨਾਲ ਗੱਲਬਾਤ ਹੋ ਰਹੀ ਹੈ ਦੋਵਾਂ ਨੇਤਾਵਾਂ ਨੇ ਬੀਤੇ ਕੁਝ ਦਿਨਾਂ ਤੋਂ ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ ਮੂਸੇਵਾਲਾ ਕਤਲकांड ਦੇ ਵਿੱਚ ਦੋ ਹੋਰ ਮੁਲਜ਼ਮ ਗ੍ਰਿਫਤਾਰ ਫਾਜ਼ਿਲਕਾ ਦੇ ਰਹਿਣ ਵਾਲੇ ਨੇ ਦੋਵੇਂ ਸ਼ਖਸ਼ ਵਿਕਾਸ ਬਿਸ਼ਨੋਈ ਨਾਂ ਦਾ ਤੇ ਖਾਨ ਨਾਂ ਦੇ ਸ਼ਖਸ਼ ਦੀ ਗ੍ਰਿਫਤਾਰੀ ਆ ਫਾਜ਼ਿਲਕਾ ਦੇ ਰਹਿਣ ਵਾਲੇ ਨੇ ਮਾਨਪ੍ਰੀਤ ਮੰਨਣਾ ਤੇ ਸਵਰਾਜ ਤੋਂ ਪੁੱਛ ਕੇ ਸਮਗਰੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਪੁਲਿਸ ਮਾਨਾ ਤੇ ਸਵਰਾਜ ਨੂੰ ਪਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਈ ਹੈ ਇਸ ਤੋਂ ਪਹਿਲਾਂ ਦੇਰਾਦੂਨ ਤੋਂ ਮਨਪ੍ਰੀਤ ਪਾਉ ਦੀ ਗ੍ਰਿਫਤਾਰੀ ਹੋਈ ਹੈ ਦੇਰ ਰਾਤ ਪੰਜਾਬ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੈਡ ਸੁਰੱਖਿਆ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਮੇਰਾ ਕੰਮ ਸਿੱਖੀ ਦਾ ਪ੍ਰਚਾਰ ਕਰਨਾ ਜੈਡ ਸੁਰੱਖਿਆ ਰੱਖਣਾ ਅਸੰਭਵ ਬਾਬਾ ਬਲਬੀਰ ਸਿੰਘ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਦੁੱਖ ਮਨਡਾਉਣ ਲਈ ਮੂਸੇਵਾਲਾ ਪੁੱਜੇ ਨਿਹੰਗ ਸਿੰਘਾਂ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨਾਲ ਦੁੱਖ ਮਨਡਾਉਣ ਦੇ ਲਈ ਵਿਸ਼ੇਸ਼ ਤੌਰ ਤੇ ਪੁੱਜੇ ਦੁੱਖ ਸਾਂਝਾ ਕਰਦੇ ਉਹਨਾਂ ਨੇ ਕਿਹਾ ਕਿ ਹਨ ਹੋਣੀ ਹੋਈ ਹੈ ਮੂਸੇਵਾਲਾ ਅਜੇ ਆਪਣੇ ਖੇਤਰ ਵਿੱਚ ਬਹੁਤ ਕੁਝ ਕਰਨਾ ਸੀ ਉਹਨਾਂ ਨੇ ਸਿੱਧੂ ਦੇ ਵਿਦਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਅਸੀਂ ਤੁਹਾਡੇ ਦੁੱਖ ਵਿੱਚ ਪੂਰੀ ਤਰ੍ਹਾਂ ਸ਼ਾਮਲ ਹਾਂ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਬਲਵੰਤ ਸਿੰਘ ਰਾਜਵਾਨਾ ਦੀ ਭੈਣ ਕਮਲਜੀਤ ਕੌਰ ਨੇ ਸੰਗਰੂਰ ਜਿਮਨੀ ਚੂਣਾ ਲੜਨ ਤੋਂ ਕੀਤਾ ਅਨਕਾਰ ਦੱਸੀ। ਵਜ੍ਹਾ ਉਹਨਾਂ ਨੇ ਲਿਖਿਆ ਕਿ ਅਸੀਂ ਸਮੂਹੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਖਾਲਸਾ ਜੀ। ਕੱਲ ਨੂੰ ਸਾਨੂੰ ਸੰਤ ਸਮਾਜ ਅਤੇ ਬੰਦੀ ਸਿੰਘਾਂ ਦੇ ਪਰਿਵਾਰਾਂ ਵੱਲੋਂ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜਨ ਲਈ ਬੇਨਤੀ ਕੀਤੀ ਗਈ ਹੈ। ਅਸੀਂ ਆਪਣੇ ਪਰਿਵਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਚੋਣ ਲੜਨ ਤੋਂ ਆਸਮਰਥਾ ਪ੍ਰਗਟ ਕੀਤੀ ਹੈ। ਸਾਰਿਆਂ ਵੱਲੋਂ ਪ੍ਰਗਟਾਈਆਂ ਗਈਆਂ ਭਾਵਨਾਵਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਪੰਜਾਬ ਸਰਕਾਰ ਵੱਲੋਂ ਕਾਗਜ਼ੀ ਸਟੈਪ ਪੇਪਰਾਂ ਦਾ ਖਾਤਮਾ ਕਰਕੇ ਹਜ਼ਾਰਾਂ ਸਟਾਮਪ ਫਾਰਮ ਕੀਤੇ ਗਏ ਬੇਰੁਜ਼ਗਾਰ ਪੰਜਾਬ ਸਰਕਾਰ ਦੇ ਵੱਲੋਂ ਕਾਗਜ਼ੀ ਸਟੈਪ ਪੇਪਰ ਖਤਮ ਕਰਕੇ ਈ ਸਟੈਪ ਦੀ ਸਹੂਲਤ ਦੇਣ ਦਾ ਐਲਾਨ ਕਰਦੇ ਹੋਏ ਇਸ ਦੇ ਨਾਲ ਸਟੈਂਪ ਪੇਪਰਾਂ ਦੀ ਛਪਾਈ ਤੇ ਲੱਗਦਾ ਤਲਾਨਾ 35 ਕਰੋੜ ਰੁਪਏ ਦੀ ਬਚਤ ਹੋਵੇਗੀ ਇਸ ਦੀ ਸ਼ੁਰੂਆਤ ਪੰਜਾਬ ਦੇ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾਣੇ ਕਰਦੇ ਹੋਏ ਕਿਹਾ ਕਿ ਇਸ ਨਾਲ ਮਾਲ ਵਿਭਾਗ ਦੇ ਕੰਮਕਾਜ ਵਿੱਚ ਕੁਸ਼ਲਤਾ ਆਵੇਗੀ ਤੇ مالیਏ ਨੂੰ ਲੱਗਦੇ ਕੋਰੇ ਨੂੰ ਰੋਕਣ ਲਈ ਅਹਿਮ ਫੈਸਲਾ ਹੋਵੇਗਾ ਲੇਕਿਨ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਦੇ ਇਸ ਫੈਸਲਾ ਲੈਣ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਖਜ਼ਾਨਾ ਦਫ਼ਤਰਾਂ ਵਿੱਚੋਂ ਇਹ ਵੇਰਵੇ ਇਕੱਠੇ ਨਹੀਂ ਕੀਤੇ ਗਏ ਕਿ ਖਜ਼ਾਨਾ ਦਫ਼ਤਰਾਂ ਚ ਕਿੰਨੀ ਰਾਸ਼ੀ ਦੇ ਕਾਗਜ਼ੀ ਸਟੈਂਪ ਤਿਆਰ ਪਏ ਨੇ ਮਿਸਾਲ ਵਜੋਂ ਮਲੋ ਖਜ਼ਾਨੇ ਦੇ ਦਫ਼ਤਰ ਵਿੱਚ 4 ਕਰੋੜ ਰੁਪਏ ਦੀ ਰਾਸ਼ੀ ਦੇ ਕਰੀਬ ਇਹ ਕਾਗਜ਼ੀ ਸਟੈਂਪ ਮੌਜੂਦ ਹਨ ਪੰਜਾਬ ਪਰ ਵਿੱਚ ਇਹ 2.200 ਕਰੋੜ ਰੁਪਏ ਦੀ ਰਾਸ਼ੀ ਹੋਣ ਦੀ ਸੰਭਾਵਨਾ ਹੈ ਭਾਰਤ ਵਿੱਚ ਮੁੜ ਕੋਰੋਨਾ ਵਾਇਰਸ ਨੇ ਮਚਾਈ دہشت 3 ਮਹੀਨੇ ਬਾਅਦ 24 ਘੰਟਿਆਂ 'ਚ ਮਿਲੇ 3700 21 ਨਵੇਂ ਮਾਮਲੇ ਸੋ ਪੰਜਾਬ ਭਾਰਤ ਦੇ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਫੈਲਣਾ ਸ਼ੁਰੂ ਹੋ ਗਿਆ 3 ਮਹੀਨੇ ਬਾਅਦ ਕੋਰੋਨਾ ਵਾਇਰਸ ਦੇ ਮਾਮਲਿਆਂ ਦੇ ਵਿੱਚ ਭਾਰੀ ਉਛਾਲ ਦੇਖਿਆ ਗਿਆ ਜੀ ਭਾਰਤ ਵਿੱਚ ਪਿਛਲੇ 24 ਘੰਟਿਆਂ 'ਚ 3700 12 ਨਵੇਂ ਮਾਮਲੇ ਦੇਖਣ ਨੂੰ ਮਿਲੇ ਹਨ ਅਗਲੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜੀ ਚੰਡੀਗੜ੍ਹ ਆਉਣਗੇ ਅਮਿਤ ਸ਼ਾਹ ਕਈ ਕਾਂਗਰਸੀ ਅਤੇ ਅਕਾਲੀ ਹੋਣਗੇ ਭਾਜਪਾ ਦੇ ਵਿੱਚ ਸ਼ਾਮਲ ਸੋਏ ਵੀ ਵੱਡੀ ਖਬਰ ਹੈ ਅਮਿਤ ਸ਼ਾਹ ਚੰਡੀਗੜ੍ਹ ਦੇ ਦੌਰੇ ਤੇ ਅੱਜ ਆਉਣਗੇ ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਕਾਂਗਰਸ ਤੋਂ ਭਾਜਪਾ ਦੇ ਵਿੱਚ ਸ਼ਾਮਲ ਹੋਣ ਵਾਲੇ ਰਾਣਾ ਸੋਢੀ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਜੀ ਕਈ ਵੱਡੇ ਆਗੂ ਪੰਜਾਬ ਦੇ ਭਾਜਪਾ ਚ ਸ਼ਾਮਲ ਹੋ ਰਹੇ ਨੇ ਮੂਸੇਵਾਲਾ ਦੇ ਕਾਤਲ ਜਲਦੀ ਸਲਾਖਾ ਪਿਛੇ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਜੀ ਉਹ ਦਿਨ ਦੂਰ ਨੇ ਜਦੋਂ ਇਸ ਕਨਾਉਣੇ ਕਤਲ ਦੇ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਇੱਕ ਪ੍ਰਤੀ ਬਾ ਸ਼ਾਲੀ ਕਲਾਕਾਰ ਸੀ ਜਿਸ ਕੋਲੇ ਹਰੇਕ ਨੂੰ ਕਿllen ਦੀ ਆਵਾਜ਼ ਅਤੇ ਕਮਾਲ ਦੀ ਸਿਰਜਣਾਤਮਕ ਸੀ ਉਹਨਾਂ ਨੇ ਕਿਹਾ ਜੀ ਮੂਸੇਵਾਲਾ ਦੀ ਅਚਨਚੇਤੀ ਤੇ ਦੁਖਦ ਮੌਤ ਨਾਲ ਸੰਗੀਤ ਜਗਤ ਨੂੰ ਖਾਸ ਤੌਰ ਤੇ ਉਸ ਦੇ ਪ੍ਰਸ਼ੰਸਕਾਂ ਨੂੰ ਵੱਡਾ ਝਟਕਾ ਲੱਗਾ ਹੈ ਮਾਨਪ੍ਰੀਤ ਨੇ 8ਵੀਂ ਕਲਾਸ ਚ ਪੂਰੇ ਪੰਜਾਬ ਚ ਕੀਤਾ ਟਾਪ ਟਰਾਇਡ ਐਂਡ ਗਰੁੱਪ ਵੱਲੋਂ ਦਿੱਤਾ ਗਿਆ 1 ਲੱਖ ਦਾ ਇਨਾਮ ਦੋਸਤੋ ਇਹ ਸੰਸੂਪੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਸਾਰਾ